गावो संगत गुण पूरे भाई गुरदास जी गुरमत का उपदेश दृढ़ कराते ने बवाणिया कहानिया कथा विचार राही संगतां नू गुरु चरणा नाल जोड़ते ने उत्थे जो गुरु साहब जी का हुक्म वह भी संगतां नू सुना दिता। गुरु की संगते गुरु साहब जी ने रास्तां वास्तां कठियां करन वास्ते भेजिया, इस करके आप समूह संगतां नू बेनती है भी जिथे दीवान सुनने वास्ते आने हो उत्थे भाई कुछ ना कुछ रस्त वस्त भी नाल लैके आया करो। कुछ दिनों बाद असी वापस जाना, सारी रस्त लैके जो तुसी लैके आओगे ये गुरु के लंगरां विच वरतनी है। हुण संगत नाले दीवान सुनने वास्ते आया करे, नाले घर तो साध संगत रास्ता कोई आटा लैके आवे, कोई दाल लैके आवे, कोई चावल लैके आवे, जिवें जिवें किसी की भावना बने। साध संगत तो बोरियां रखिया हुई, एक पासे आटे वाली बोरी है उहदे विच आटा पाई जांदे फड़ फड़ के, एक पासे कणक वाली है बोरी उहदे विच कणक पाई जानी, दूसरे पासे चौल है चौल पाई जाने। कहिंदे कई दिन इसे तरह प्रचार भी हुंदा ते नाल नाल सेवा भी कठी हो रही है। कश्मीर की धरती ते एक गरीब माई रहिंदी है जिहदे घर विच अंतां दी गरीबी है। कहिंदे बेचारी ने कोई मेहनत मजदूरी करनी, उहनूं मजदूरी मिल जानी ते रसद पानी लै आउणा। साध संगत उहदे नाल घर विच चुल्हा बनना, प्रसादा बलना, प्रसादा छकना,
ਕਹਿੰਦੇ ਕਿਸੇ ਨੇ ਉਹਨੂੰ ਆਣ ਕੇ ਦੱਸਿਆ ਕਿ ਕਸ਼ਮੀਰ ਦੀ ਧਰਤੀ ਤੇ ਆਪਣੇ ਇਲਾਕੇ ਚ ਆਪਣੇ ਏਰੀਏ ਚ ਭਾਈ ਗੁਰਦਾਸ ਜੀ ਹੁਣੀ ਆਏ ਹੋਏ ਆ ਜਥੇ ਸਮੇਤ। ਰੋਜ ਦੀਵਾਨ ਸਜਦਾ ਹੈ, ਸਤਸੰਗਤ ਹੁੰਦੀ ਹੈ ਤੇ ਨਾਲ ਰਸਤਾਂ ਵਸਤਾਂ ਵੀ ਇਕੱਠੀਆਂ ਕਰਦੇ ਆ। ਮਾਈ ਨੇ ਜਦੋਂ ਸੁਣਿਆ ਕਿ ਗੁਰੂ ਅਰਜਨ ਦੇ ਮਹਾਰਾਜ ਜੀਆਂ ਦੇ ਪਿਆਰੇ ਸਿੱਖ ਭਾਈ ਗੁਰਦਾਸ ਜੀ ਆਏ ਨੇ, ਬੜੀ ਖੁਸ਼ ਹੋਈ, ਚਾਹ ਚੜਿਆ, ਧੰਨ ਭਾਗ ਜੇ ਅੰਮ੍ਰਿਤਸਰ ਸਾਹਿਬ ਜਾ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਨਹੀਂ ਕਰ ਸਕਦੀ, ਉਹਨਾਂ ਦੇ ਗੁਰਸਿੱਖਾਂ ਦੇ ਹੀ ਦਰਸ਼ਨ ਹੋਣਗੇ। ਜੋ ਦੀਸੇ ਗੁਰਸਿੱਖੜਾ ਤੇ ਸਨਿਵਨਿਵ ਲਾਗੋ ਪਾਏ, ਧੰਨ ਭਾਗ ਉਹਨਾਂ ਦੇ ਗੁਰਸਿੱਖਾਂ ਦੇ ਹੀ ਦਰਸ਼ਨ ਹੋਣਗੇ। ਆਸ ਹੋ ਗਈ ਉਦਾਸ, ਕਹਿਣ ਲੱਗੀ ਮਨਾ ਤੂੰ ਦਰਸ਼ਨ ਕਰਨ ਵਾਸਤੇ ਤੇ ਜਾਣਾ, ਸੰਗਤ ਕਰਨ ਵਾਸਤੇ ਤੇ ਜਾਣਾ, ਉੱਥੇ ਨਾਲ ਰਸਤ ਵਸਤ ਵੀ ਇਕੱਠੀ ਕੀਤੀ ਜਾਂਦੀ ਹੈ, ਤੇਰੇ ਤੇ ਘਰ ਕੁਝ ਵੀ ਨਹੀਂ ਜੋ ਤੂੰ ਗੁਰੂ ਕੇ ਲੰਗਰਾਂ ਵਾਸਤੇ ਜਾ ਕੇ ਉੱਥੇ ਪਾਵੇਂ, ਐਵੇਂ ਜਾਣ ਦਾ ਤੇਰਾ ਕੀ ਫਾਇਦਾ। ਜੇ ਜਾਣਾ ਤੇ ਗੁਰੂ ਕੇ ਲੰਗਰਾਂ ਵਾਸਤੇ ਕੁਝ ਨਾ ਕੁਝ ਲੈ ਕੇ ਵੀ ਜਾ। ਕਹਿੰਦੇ ਮਾਤਾ ਨੇ ਰਸਤ ਖਰੀਦਣ ਵਾਸਤੇ ਜਿੱਥੇ ਜਿੱਥੇ ਉਹਨੂੰ ਆਸ ਸੀ, ਜਿੱਥੇ ਜਿੱਥੇ ਭਰੋਸਾ ਸੀ, ਕਿਉਂਕਿ ਜਿੱਥੇ ਆਸ ਹੁੰਦੀ ਹੈ ਉੱਥੇ ਬੰਦਾ ਜਾਂਦਾ, ਜਿੱਥੇ ਆਸ ਹੁੰਦੀ ਹੈ ਉੱਥੇ ਹੀ ਬੰਦਾ ਕਹਿੰਦਾ। ਮਾਇਆ ਉਧਾਰੀ ਮੰਗੀ ਵੀ ਮਾਇਆ ਉਧਾਰੀ ਦੇ ਦਿਓ, ਮੈਂ ਉਹਦੀ ਰਸਤ ਵਸਤ ਲੈ ਕੇ ਗੁਰੂ ਕੇ ਲੰਗਰਾਂ ਵਿੱਚ ਪਾ ਦਿਆਂ। ਪਰ ਸਮਾਂ ਐਸਾ ਬਣਿਆ, ਪਰਖ ਮਹਾਰਾਜ ਨੇ ਐਸੀ ਪਾਈ, ਉਹ ਕਸਵੱਟੀਆਂ ਲਾ ਲਾ ਪਰਖਦਾ ਰੱਬ, ਪਰਖਦਾ ਭਗਤਾਂ ਪਿਆਰਿਆਂ ਨੂੰ, ਕਦੇ ਦੇਗਾਂ ਦੇ ਵਿੱਚ ਉਬਾਲ ਦਿੰਦਾ ਤੇ ਕਦੇ ਸੀਸ ਤੇ ਚਲਾਉਂਦਾ ਆਰਿਆਂ ਨੂੰ। ਕਹਿੰਦੇ ਕਿਤੇ ਹੱਥ ਨਾ ਪਿਆ, ਜਿੱਥੇ ਜਾਵੇ ਉੱਥੇ ਹੀ ਜਵਾਬ ਮਿਲ ਜਾਏ, ਜਿੱਥੇ ਜਾ ਕੇ ਆਖੇ ਉੱਥੇ ਹੀ ਜਵਾਬ ਮਿਲ ਜਾਏ। ਕਹਿਣ ਲੱਗੀ ਗੁਰੂ ਅਰਜਨ ਦੇ ਮਹਾਰਾਜ ਜੀ ਕਿ ਤੁਸੀਂ ਕੈਸਾ ਪਰਚਾ ਪਾ ਦਿੱਤਾ, ਆਪਣੇ ਗੁਰਸਿੱਖਾਂ ਨੂੰ ਇੱਥੇ ਭੇਜਿਆ ਰਸਤ ਵਸਤ ਇਕੱਠੀ ਕਰਨ ਵਾਸਤੇ, ਤੇ ਮੈਂ ਨਿਮਾਣੀ, ਮੈਂ ਗਰੀਬਣੀ, ਮਨ ਕਰਦਾ ਤੇਰੇ ਲੰਗਰਾਂ ਵਿੱਚ ਕੁਝ ਨਾ ਕੁਝ ਤਿਲ ਫੁੱਲ ਪ੍ਰੇਮ ਭੇਟਾ ਪਾਵਾਂ, ਕੋਈ ਰਸਤ ਪਾਵਾਂ। ਮਹਾਰਾਜ ਮੈਂ ਕੀ ਕਰਾਂ, ਜੇ ਮੈਨੂੰ ਦਿੱਤਾ ਹੁੰਦਾ ਤੇ ਮੈਂ ਵੀ ਜਾਵਾਂ ਨਾਲ ਪਾ ਕੇ ਆਉਂਦੀ, ਮਹਾਰਾਜ ਜੇ ਨਹੀਂ ਦਿੱਤਾ ਕੋਈ ਪ੍ਰਬੰਧ ਹੀ ਹੋ ਜਾਂਦਾ, ਕੈਸਾ ਪਰਚਾ ਪਾਇਆ, ਪ੍ਰਬੰਧ ਵੀ ਨਹੀਂ ਹੋ ਰਿਹਾ। ਆਪ ਜੀ ਕਿਰਪਾ ਕਰੋ, ਮਿਹਰ ਕਰੋ। ਕਹਿੰਦੇ ਪੁੱਛਦਿਆਂ ਪਛਾਉਂਦਿਆਂ ਕਿਸੇ ਸੇਠ ਦੇ ਘਰ ਚਲੀ ਗਈ। ਸੇਠ ਜੀ ਮੈਨੂੰ ਕੁਝ ਮਾਇਆ ਉਧਾਰੀ ਚਾਹੀਦੀ ਹੈ, ਮਾਇਆ ਉਧਾਰੀ ਚਾਹੀਦੀ ਹੈ, ਮਾਤਾ ਕੀ ਲੋੜ ਪੈ ਗਈ। ਸੇਠ ਜੀ ਗੁਰੂ ਕੇ ਪਿਆਰੇ ਆਏ ਹੋਏ ਨੇ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ, ਉਹ ਨਾਲੇ ਰੋਜ਼ ਕਥਾ ਕੀਰਤਨ ਕਰਦੇ ਆ, ਨਾਲੇ ਗੁਰੂ ਕੇ ਲੰਗਰਾਂ ਵਾਸਤੇ ਰਸਤਾਂ ਵਸਤਾਂ ਵੀ ਇਕੱਠੀਆਂ ਕਰਦੇ ਆ, ਗੁਰੂ ਦਾ ਉਪਦੇਸ਼ ਵੀ ਦਿੰਦੇ ਆ। ਜਿਹੜੇ ਗੁਰੂ ਕੇ ਬਣਜਾਰੇ ਹੁੰਦੇ ਆ ਨਾ ਭਾਈ, ਨਾਮ ਦੇ ਬਣਜਾਰੇ, ਕਿਨਹੀ ਬਣਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋ ਬਣਜਿਆ ਨਾਮ ਗੋਬਿੰਦ ਕਾ, ਐਸੀ ਹਮਾਰੀ ਉਹ ਹੋਰ ਕੋਈ ਹੋਕਾ, ਹੋਰ ਕੋਈ ਆਵਾਜ਼ ਦਿੰਦਾ ਹੀ ਨਹੀਂ। ਜਿਵੇਂ ਬਾਬਾ ਸੁਖਦੇਵ ਸਿੰਘ ਜੀ ਇੱਥੇ ਆਏ, ਦੋ ਦਿਨ ਹਾਜ਼ਰੀਆਂ ਭਰ ਕੇ ਗਏ, ਸਾਧ ਸੰਗਤ ਵੇਖੋ ਹੋਕਾ ਨਾਮ ਦਾ ਦਿੰਦੇ ਰਹੇ, ਹੋਕਾ ਸੇਵਾ ਤੇ ਸਿਮਰਨ ਦਾ ਦਿੰਦੇ ਰਹੇ, ਹੋਕਾ ਅੰਮ੍ਰਿਤ ਵੇਲੇ ਦਾ ਦਿੰਦੇ ਰਹੇ, ਹੋਕਾ ਸੁਖਮਨੀ ਸਾਹਿਬ ਦਾ ਦਿੰਦੇ ਰਹੇ,
ਹੋਕਾ ਸਾਧ ਸੰਗਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਭਰੋਸੇ ਦਾ ਦਿੰਦੇ ਰਹੇ। ਆਖੋ ਸਤਨਾਮ।